ਚੱਲੀਏ। ਹਿੱਟ ਐਂਡ ਰਨ ਕਾਨੂੰਨ ਦੇ ਖਿਲਾਫ ਲਗਾਤਾਰ ਪੂਰੇ ਦੇਸ਼ ਦੇ ਵਿੱਚ ਵਿਰੋਧ ਜਾਰੀ ਆ। ਕੱਲ੍ਹ ਦੀ ਗੱਲ ਕਰੀਏ ਤਾਂ ਕੱਲ੍ਹ ਟਰਾਂਸਪੋਰਟੇਸ਼ਨ ਦੀ ਹੜਤਾਲ ਦੇ ਕਾਰਨ ਜਗ੍ਹਾ ਜਗ੍ਹਾ ਪੈਟਰੋਲ ਦੀ ਕਮੀ ਹੋ ਗਈ, ਡੀਜ਼ਲ ਦੀ ਕਮੀ ਹੋ ਗਈ, ਲੰਬੀਆਂ ਲੋਕਾਂ ਦੀਆਂ ਕਤਾਰਾਂ ਲੱਗੀਆਂ, ਦੁੱਧ ਸਬਜ਼ੀਆਂ ਹਰ ਇੱਕ ਚੀਜ਼ ਦੇ ਰੇਟਾਂ ਦੇ ਵਿੱਚ ਵੱਡਾ ਜਿਹੜਾ ਉਛਾਲ ਆਇਆ ਸੀ। ਅਤੇ ਅੱਜ ਟੈਕਸੀ ਯੂਨੀਅਨ ਸੰਗਰੂਰ ਦੇ ਵੱਲੋਂ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਪ੍ਰਦਰਸ਼ਨ ਕੀਤਾ ਗਿਆ, ਆਪਣੀਆਂ ਗੱਡੀਆਂ ਦੇ ਉੱਪਰ ਬੈਨਰ ਲਗਾ ਕੇ ਕੇਂਦਰ ਸਰਕਾਰ ਦੇ ਇਸ ਕਾਨੂੰਨ ਦੇ ਖਿਲਾਫ ਜਿਹੜਾ ਰੱਜ ਕੇ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ। ਅਤੇ ਹੁਣ ਇੱਕ ਦਿਨ ਜਿਹੜੀ ਉਹਨਾਂ ਦੇ ਵੱਲੋਂ ਹੜਤਾਲ ਕੀਤੀ ਗਈ ਆ, ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸਾਡੇ ਨਾਲ ਸੰਗਰੂਰ ਦੇ ਪ੍ਰਧਾਨ ਨੇ। ਬਲਜਿੰਦਰ ਜੀ, ਕਿਸ ਤਰੀਕੇ ਨਾਲ ਦੇਖਦੇ ਹੋ ਕਾਨੂੰਨ ਦੇ ਖਿਲਾਫ ਤੁਸੀਂ ਵਿਰੋਧ ਕਰ ਰਹੇ ਹੋ, ਕਿਸ ਤਰੀਕੇ ਦੀ ਕਮੀ ਲੱਗਦੀ ਹੈ ਕਾਨੂੰਨ ਦੇ ਵਿੱਚ? ਇਹ ਕਾਨੂੰਨ ਦੇ ਵਿੱਚ ਦੇਖਿਆ ਜਾਵੇ ਤਾਂ ਕਮੀਆਂ ਨੇ, ਇਹਦੇ ਵਿੱਚ ਖਾਸੀਅਤ ਕੋਈ ਵੀ ਨਹੀਂ ਹੈ। ਕਿਉਂਕਿ ਇਹ ਜਿਹੜਾ ਕਾਨੂੰਨ ਹੈ, ਇਹ ਡਰਾਈਵਰਾਂ ਨੂੰ ਮਾਰੂਗਾ, ਇਹ ਬਚਾਉਂਦਾ ਨਹੀਂ ਇਹ ਕਾਨੂੰਨ। ਕਿਉਂਕਿ ਕੋਈ ਵੀ ਡਰਾਈਵਰ ਭਰਾ ਜਿਹੜਾ ਸਾਡਾ, ਉਹ ਐਕਸੀਡੈਂਟ ਕਰਕੇ ਰਾਜ਼ੀ ਨਹੀਂ ਹੁੰਦਾ, ਨਾ ਹੀ ਕੋਈ ਜਾਣ ਬੁੱਝ ਕੇ ਐਕਸੀਡੈਂਟ ਕਰਦਾ। ਉਹ ਆਪਣੀ ਇੱਕ ਜਾਨ ਬਚਾਉਣ ਦੇ ਲਈ ਉੱਥੋਂ ਭੱਜਦਾ, ਕਿਉਂਕਿ ਪਬਲਿਕ ਹੈ ਜਿਹੜੀ ਬਾਹਰ ਦੀ, ਮੰਨ ਲਓ ਯੂਪੀ ਵਿਆ ਰਾਜਸਥਾਨ ਦੇ ਵਿੱਚ ਹੈ, ਉੱਥੇ ਪਬਲਿਕ ਕੁੱਟ ਕੁੱਟ ਡਰਾਈਵਰ ਨੂੰ ਮਾਰ ਦਿੰਦੀ ਆ। ਤੁਸੀਂ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਇਹੋ ਜਿਹੀਆਂ ਦੇਖੀਆਂ ਹੋਣੀਆਂ। ਇੱਕ ਮੇਰਾ ਸਵਾਲ ਵੀ ਹੈ ਤੁਹਾਨੂੰ, ਅਗਰ ਹਾਦਸਾ ਹੋ ਜਾਂਦਾ, ਹਾਦਸਾ ਕੋਈ ਜਾਣ ਬੁੱਝ ਕੇ ਨਹੀਂ ਕਰਦਾ, ਤੁਹਾਡੇ ਗੱਲ ਬਿਲਕੁਲ ਵਾਜਬ ਆ, ਪਰ ਅਗਰ ਆਪਾਂ ਪੀੜਤ ਦੀ ਮਦਦ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਠੀਕ ਨਹੀਂ ਹੈਗਾ ਉਹ? ਬਾਈ ਜੀ, ਠੀਕ ਹੈ, ਮਦਦ ਕਰਨੀ ਚਾਹੀਦੀ ਆ, ਅਸੀਂ ਵੀ ਚਾਹੁੰਦੇ ਹਾਂ ਵੀ ਮਦਦ ਹੋਵੇ, ਪਰ ਉੱਥੋਂ ਦੀ ਪਬਲਿਕ ਨੂੰ ਕੌਣ ਸਮਝਾਵੇ? ਉਹ ਮੌਕੇ 'ਤੇ ਕੁੱਟ ਕੁੱਟ ਡਰਾਈਵਰ ਨੂੰ ਮਾਰ ਦਿੰਦੀ ਆ। ਬਾਈ ਜੀ, ਮਦਦ ਕਰਨ ਜੋਗਾ ਛੱਡਦੀ ਨਹੀਂ, ਉਹਦਾ ਕੀ ਕਰੀਏ? ਤਾਂ ਹੁਣ ਤੁਸੀਂ ਕੀ ਸੋਚਦੇ ਹੋ, ਇਹ ਕਾਨੂੰਨ ਦੇ ਵਿੱਚ ਕਿੱਦਾਂ ਦਾ ਬਦਲਾਅ ਆਉਣਾ ਚਾਹੀਦਾ, ਕੀ ਤੁਸੀਂ ਚਾਹੁੰਦੇ ਹੋ ਕਿ ਹਾਂ ਕੀ ਹੋਣਾ ਚਾਹੀਦਾ? ਇਹ ਜਿਹੜਾ ਕਾਨੂੰਨ ਸੀਗਾ, ਜੋ ਪਹਿਲਾਂ ਕਾਨੂੰਨ ਹੈ ਜਿਹਦੇ ਵਿੱਚ 2 ਸਾਲ ਦੀ ਸਜ਼ਾ ਹੈ, ਉਹ ਕਾਨੂੰਨ ਹੈ ਜਿਹੜਾ ਬਿਲਕੁਲ ਸਹੀ ਚੱਲ ਰਿਹਾ ਸੀ ਉਹ। ਕਿਉਂਕਿ ਇਸ ਕਾਨੂੰਨ ਦੇ ਤਹਿਤ ਜ਼ਿਆਦਾ ਰੰਜਿਸ਼ਾਂ ਕੱਢੀਆਂ ਜਾਣਗੀਆਂ। ਜਦੋਂ ਮੇਰੀ ਤੁਹਾਡੇ ਨਾਲ ਬਣਦੀ ਨਹੀਂ ਤਾਂ ਤੁਸੀਂ ਕਹੋਗੇ ਵੀ ਮੇਰੀ ਸਕੂਟਰੀ ਹਿੱਟ ਕਰਕੇ ਭੱਜ ਗਿਆ, ਉਹਦੇ ਵਿੱਚ ਜ਼ਿਆਦਾ ਜਿਹੜੀ ਹਰਾਸਮੈਂਟ ਆ ਉਹ ਡਰਾਈਵਰ ਨੂੰ ਭੁਗਤਣੀ ਪਊਗੀ। ਤਾਂ ਇੱਕ ਦਿਨੀ ਹੜਤਾਲ ਤੁਸੀਂ ਕੀਤੀ ਹੈ, ਕੱਲ੍ਹ ਦੀ ਗੱਲ ਕਰੀਏ ਟਰਾਂਸਪੋਰਟੇਸ਼ਨ ਦੀ ਜਿਹੜੀ ਆ ਕਮੀ ਆ ਗਈ ਸੀ, ਜਿਹਦੇ ਕਾਰਨ ਪੂਰਾ ਬਵਾਲ ਉੱਠ ਗਿਆ, ਪੈਟਰੋਲ ਪੰਪ ਬੰਦ ਹੋ ਗਏ, ਤਾਂ ਤੁਹਾਡੇ ਵੱਲੋਂ ਕੀ ਐਕਸ਼ਨ ਰਹਿਣ ਵਾਲਾ ਅੱਜ ਦੇ ਐਕਸ਼ਨ ਤੁਸੀਂ ਜਿਵੇਂ ਦੱਸਿਆ? ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਜਿਹੜਾ ਕੱਲ੍ਹ ਵਾਲੀ ਹੜਤਾਲ ਸੀ ਟੈਂਕਰਾਂ ਦੀ, ਉਹ ਇੱਕ ਪ੍ਰੈਸ਼ਰਾਈਜ਼ ਕਰਕੇ ਖਲਵਾਈ ਗਈ ਹੜਤਾਲ ਆ। ਡਰਾਈਵਰ ਵੀਰਾਂ ਨੇ ਉਸ ਚੀਜ਼ ਦਾ ਕੋਈ ਸਮਰਥਨ ਨਹੀਂ ਕਰਿਆ, ਕਿਉਂਕਿ ਇੰਡੀਅਨ ਆਇਲ ਜਾਂ ਹੋਰ ਵੀ ਜਿੰਨੀਆਂ ਤੇਲ ਕੰਪਨੀਆਂ ਨੇ, ਇਹਨਾਂ ਦੇ ਟੈਂਡਰ ਹੁੰਦੇ ਆ। ਕੇਂਦਰ ਸਰਕਾਰ ਨੇ ਇਹਨਾਂ ਨੂੰ ਇੱਕ ਧਮਕੀ ਦਿੱਤੀ ਹੈ ਵੀ ਜੇਕਰ ਤੁਸੀਂ ਇਹ ਸੇਵਾ ਬਹਾਲ ਨਹੀਂ ਕਰਦੇ ਤਾਂ ਤੁਹਾਡੇ ਟੈਂਡਰ ਹੈ ਜਿਹੜੇ ਉਹ ਖਤਮ ਕੀਤੇ ਜਾਣਗੇ, ਰੱਦ ਕੀਤੇ ਜਾਣਗੇ। ਉਹਨਾਂ ਨੇ ਪ੍ਰੈਸ਼ਰਾਈਜ਼ ਹੋ ਕੇ ਹੀ ਕੱਲ੍ਹ ਇਹ ਖੋਲ੍ਹਿਆ। ਆਜ਼ਾਦ ਟੈਕਸੀ ਯੂਨੀਅਨ 6 ਤਰੀਕ ਨੂੰ ਵੀ ਕਾਲਾਝਾਰ ਟੋਲ ਪਲਾਜ਼ੇ ਦੇ ਉੱਤੇ ਧਰਨਾ ਦੇਣ ਜਾ ਰਹੀ ਆ। ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਕਾਨੂੰਨ ਵਾਪਸ ਨਾ ਲਿਆ ਤਾਂ ਪੰਜਾਬ ਦੇ ਜਿੰਨੇ ਬਾਰਡਰ ਆ ਸਾਰੇ ਸੀਲ ਕਰਾਂਗੇ। ਅਤੇ ਮੈਂ ਤੁਹਾਨੂੰ ਇੱਕ ਹੋਰ ਵੀ ਦੱਸਣਾ ਚਾਹੁੰਦਾ ਕਿ ਦਿੱਲੀ ਜਿਹੜੀ ਕੇਂਦਰ ਸਰਕਾਰ ਉਹ ਤਾਂ ਧੱਕਾ ਕਰ ਹੀ ਰਹੀ ਆ। ਦਿੱਲੀ ਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਸੀ, ਜਿਹਨੂੰ ਬੜੇ ਚਾਅ ਨਾਲ ਪੰਜਾਬ 'ਚ ਲੈ ਕੇ ਆਏ ਸੀ। ਆ ਮੇਰੇ ਹੱਥ 'ਚ 2 ਚਲਾਨ ਨੇ, ਇਹ ਇੱਕੋ ਗੱਡੀ ਦੇ ਚਲਾਨ ਆ, 20-22 ਹਜ਼ਾਰ ਦੇ ਚਲਾਨ ਆ। ਇੱਕੋ ਗੱਡੀ ਦੇ 2 ਚਲਾਨ ਕੀਤੇ ਗਏ ਨੇ, ਕਿਹੜੀ ਜਗ੍ਹਾ? ਇਹ ਦਿੱਲੀ ਕੀਤੇ ਜਾਂਦੇ ਆ ਜੀ, ਦਿੱਲੀ। ਇਹ ਮੰਨ ਕੇ ਚੱਲੋ ਵੀ ਜਦੋਂ ਅਸੀਂ ਦਿੱਲੀ ਦਾ ਬਾਰਡਰ ਕ੍ਰੋਸ ਕਰਦੇ ਹਾਂ ਨਾ, ਸਾਨੂੰ ਇਹ ਲੱਗਦਾ ਵੀ ਸ਼ਾਇਦ ਅਸੀਂ ਪਾਕਿਸਤਾਨ 'ਚ ਆ ਗਏ। ਤਾਂ ਤੁਸੀਂ ਜਿਹੜੇ ਇਹ ਚਲਾਨ ਕੀਤੇ ਗਏ ਨੇ ਡਰਾਈਵਰ ਦੇ, ਵਾਜਿਬ ਕੀਤੇ ਗਏ ਨੇ, ਨਜਾਇਜ਼ ਕੀਤੇ ਗਏ ਨੇ? ਇਹ ਨਜਾਇਜ਼ ਕੀਤੇ ਗਏ ਨੇ ਸਰ। ਕਿਸ ਤਰੀਕੇ ਨਾਲ? ਹੁਣ ਗੱਡੀ ਦੇ ਉੱਤੇ ਸਰਕਾਰੀ ਪਲੇਟ ਲੱਗੀ ਆ, ਮਾਣਯੋਗ ਸੁਪਰੀਮ ਕੋਰਟ ਦਾ ਆਰਡਰ ਹੈ ਵੀ ਜੇ ਤੁਹਾਡੀ ਗੱਡੀ 'ਤੇ ਸਰਕਾਰੀ ਪਲੇਟ ਲੱਗੀ ਆ ਤਾਂ ਤੁਸੀਂ ਪੇਪਰ ਮੈਨੂਅਲੀ ਨਹੀਂ ਚੈੱਕ ਕਰਾਉਣੇ, ਆਨਲਾਈਨ ਕਰਾਉਣੇ ਆ। ਤੁਹਾਨੂੰ ਉਹ ਮੈਨੂਅਲ ਮੰਗਦੇ ਜੀ? ਉਹ ਕਹਿੰਦੇ ਮੈਨੂਅਲ, ਉਹ ਕਹਿੰਦੇ ਮੈਨੂਅਲ ਪੇਪਰ ਚੈੱਕ ਕਰਾਓ। ਠੀਕ ਹੈ ਜੀ, ਬੰਦੇ ਨੇ ਕਿਹਾ ਵੀ ਸਰ ਮੇਰੀ ਗੱਡੀ 'ਤੇ ਪਲੇਟ ਲੱਗੀ ਆ। ਕਿੰਨੇ ਦੇ ਚਲਾਨ ਹੋਏ ਨੇ? ਇਹ 22-22 ਹਜ਼ਾਰ ਦੇ ਚਲਾਨ ਹੈ ਜੀ। ਤਾਂ ਕਿਸ ਤਰੀਕੇ ਨਾਲ ਦੇਖਦੇ ਹੋ ਕਮਾਈ ਨੂੰ ਲੈ ਕੇ, ਹੁਣ ਕਮਾਈ ਤੋਂ ਜ਼ਿਆਦਾ ਫਿਰ ਜੁਰਮਾਨੇ ਹੋ ਰਹੇ ਨੇ? ਜੁਰਮਾਨੇ ਤਾਂ ਬਹੁਤ ਜ਼ਿਆਦਾ ਹੋ ਰਹੇ ਆ,
ਪਹਿਲਾਂ ਦਿੱਲੀ ਦੇ ਵਿੱਚ 10 ਸਾਲ ਪੁਰਾਣੀ ਗੱਡੀ ਬੰਦ ਸੀ, ਹੁਣ 3 ਸਾਲ ਪੁਰਾਣੀ ਗੱਡੀ ਵੀ ਬੰਦ ਕਰਤੀ BS4 ਦੇ ਨਾਂ 'ਤੇ। ਮੈਂ ਸਰਕਾਰ ਤੋਂ ਇੱਕ ਗੱਲ ਇਹ ਪੁੱਛਣੀ ਚਾਹੁੰਦਾ ਹਾਂ ਕਿ ਜੇਕਰ ਸਾਡੀਆਂ ਗੱਡੀਆਂ ਨੂੰ 10 ਸਾਲ ਦਾ ਪਰਮਿਟ ਇਸ਼ੂ ਕੀਤਾ ਜਾਂਦਾ, ਸਾਡੇ ਤੋਂ ਮੋਟੀਆਂ ਫੀਸਾਂ ਵਸੂਲੀਆਂ ਜਾਂਦੀਆਂ ਨੇ ਉਹਦੇ ਬਦਲੇ, ਪਰਮਿਟ ਲੈਣ ਦੇ ਬਦਲੇ। ਉਸ ਤੋਂ ਬਾਅਦ ਸਾਨੂੰ ਇੱਕ ਪੋਲਿਊਸ਼ਨ ਸਰਟੀਫਿਕੇਟ ਵੀ ਜਾਰੀ ਕੀਤਾ ਜਾਂਦਾ ਕਿ ਇਹ ਗੱਡੀ ਨੌਨ ਪੋਲਿਊਸ਼ਨ ਆ, ਫਿਰ ਉਹਦਾ ਗੱਡੀ ਦਾ ਪੋਲਿਊਸ਼ਨ ਦਾ ਚਲਾਨ ਕਿਉਂ, ਉਹਨੂੰ BS4 ਦੇ ਵਿੱਚ ਕਿਉਂ ਪਾਇਆ ਜਾਂਦਾ। ਇਹ ਸਿਰਫ ਜਿਹੜਾ ਧੱਕਾ ਹੈਗਾ ਇਹ ਪੰਜਾਬ ਨੰਬਰ ਗੱਡੀ ਨਾਲ ਹੁੰਦਾ, ਹੋਰ ਅਦਰ ਸਟੇਟ ਦੀ ਕਿਸੇ ਗੱਡੀ ਨਾਲ ਕੋਈ ਧੱਕਾ ਨਹੀਂ ਹੁੰਦਾ। ਪੰਜਾਬ ਨੰਬਰ ਗੱਡੀ ਦੀ ਪੀਲੀ ਪਲੇਟ ਦੇਖ ਕੇ, PV01 ਨੰਬਰ ਦੇਖ ਕੇ ਜਾਂ ਪੱਗ ਦੇਖ ਕੇ ਗੱਡੀ ਸਾਈਡ 'ਤੇ ਲਵਾ ਲਈ ਜਾਂਦੀ ਹੈ ਅਤੇ ਐਂਟਰੀ ਮੰਗੀ ਜਾਂਦੀ ਹੈ। ਸਾਡੇ ਤੋਂ ਪ੍ਰਦੂਸ਼ਣ ਦੀ ਪਰਚੀ ਵੀ ਕੱਟੀ ਜਾਂਦੀ ਹੈ ਬਕਾਇਦਾ, ਸਾਡੀ ਗੱਡੀ ਐਂਟਰੀ ਹੋਣ ਸਾਰ ਨਾ ਪ੍ਰਦੂਸ਼ਣ ਦੀ ਸਾਡੇ ਤੋਂ ਪਰਚੀ ਲਿੱਤੀ ਜਾਂਦੀ ਹੈ ਦਿੱਲੀ ਐਂਟਰ ਹੋਣ ਸਾਰ। ਫਿਰ ਵੀ ਜੇ ਪ੍ਰਦੂਸ਼ਣ ਦਿੱਲੀ ਵਿੱਚ ਹੈਗਾ ਫਿਰ ਸਾਡੇ ਤੋਂ ਐਂਟਰੀ ਕਿਉਂ ਲਿੱਤੀ ਜਾਂਦੀ ਆ, ਫਿਰ ਦਿੱਲੀ ਅਲਾਊਡ ਹੀ ਨਹੀਂ ਹੈਗੀ ਸਾਡੀ ਗੱਡੀ ਤਾਂ ਪਰਚੀ ਕਿਉਂ ਲਿੱਤੀ ਜਾਂਦੀ ਹੈ ਨਾ, ਫਿਰ ਵੀ ਚਲਾਨ ਦਿੱਲੀ ਪੁਲਿਸ ਨੇ ਜਿਹੜੀਆਂ ਆਪਦੀਆਂ ਗੱਡੀਆਂ ਨੇ ਉਹ ਵੀ 12-13 ਮਾਡਲ ਗੱਡੀਆਂ ਨੇ, ਉਹਨਾਂ ਦਾ ਕੋਈ ਪ੍ਰਦੂਸ਼ਣ ਨਹੀਂ ਹੁੰਦਾ, ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਬਿਲਕੁਲ ਆਪਣੇ ਵੱਲੋਂ ਜਿਹੜਾ ਵਿਰੋਧ ਆ ਟੈਕਸੀ ਡਰਾਈਵਰਾਂ ਦੇ ਵੱਲੋਂ ਕੀਤਾ ਜਾ ਰਿਹਾ, ਟੈਕਸੀ ਯੂਨੀਅਨ ਦੇ ਵੱਲੋਂ ਕੀਤਾ ਜਾ ਰਿਹਾ, ਸਾਫ਼ ਤੌਰ 'ਤੇ ਇੱਕ ਗੱਲ ਕਹੀ ਜਾ ਰਹੀ ਕਿ ਅਗਰ ਹਿੱਟ ਐਂਡ ਰਨ ਕਾਨੂੰਨ ਨੂੰ ਪਹਿਲਾਂ ਵਾਂਗ ਨਹੀਂ ਕੀਤਾ ਜਾਂਦਾ ਜਾਂ ਜਿਹੜੇ ਨਵੇਂ ਕਾਨੂੰਨ ਲਿਆਉਂਦੇ ਗਏ ਨੇ ਉਹ ਨਹੀਂ ਕੇਂਦਰ ਸਰਕਾਰ ਦੇ ਵੱਲੋਂ ਵਾਪਸ ਲਏ ਜਾਂਦੇ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਵੱਲੋਂ ਵੱਡੇ ਪੱਧਰ ਦੇ ਉੱਪਰ ਜਿਹੜੇ ਪ੍ਰਦਰਸ਼ਨ ਨੇ ਕੀਤੇ ਜਾਣਗੇ। ਚਰਨਜੀਵ ਕੌਸ਼ਲ, ਸੰਗਰੂਰ ਤੋਂ, ਨਿਊਜ਼ 18 ਪੰਜਾਬ।